ਹਾਂਜੀ ਸਰ, ਜਿਹੜੇ ਅੱਜ ਪ੍ਰੈਸ ਕਾਨਫਰੰਸ ਕੀਤੀ, ਕਿਸ ਸੰਬੰਧ ਕੀਤੀ ਸਰ? ਮਾਨਯੋਗ ਸ਼੍ਰੀ ਸਵਪਨ ਸ਼ਰਮਾ IPS ਕਮਿਸ਼ਨਰ ਆਫ ਪੁਲਿਸ ਜਲੰਧਰ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਜਲੰਧਰ ਸ਼ਹਿਰ ਦੇ ਵੱਖ ਵੱਖ ਏਰੀਏ ਵਿੱਚੋਂ ਟੂ ਵੀਲਰ ਦੀ ਜਿਹੜੀਆਂ ਚੋਰੀਆਂ ਹੋ ਰਹੀਆਂ ਸੀਗੀਆਂ, ਖਾਸ ਕਰਕੇ ਮੋਟਰਸਾਈਕਲ ਵਗੈਰਾ, ਉਹਨਾਂ ਮੋਟਰਸਾਈਕਲ ਚੋਰਾਂ ਨੂੰ ਪਕੜਨ ਵਾਸਤੇ ਮੁੱਖ ਅਫਸਰ ਥਾਣਾ ਬਾਰਾਦਰੀ ਵੱਲੋਂ ਇੱਕ ਵਿਸ਼ੇਸ਼ ਟੀਮ ਜਿਹੜੀ ਹੈਗੀ ਆ ਤਿਆਰ ਕੀਤੀ ਗਈ ਸੀਗੀ। ਤੋ ਜੋ ਇਸ ਟੀਮ ਨੂੰ 2 ਤਰੀਕ ਨੂੰ ਕੱਲ੍ਹ ਇੱਕ ਅਹਿਮ ਸਫਲਤਾ ਮਿਲੀ, ਜਦੋਂ ਇਸ ਟੀਮ ਨੇ ਪਹਿਲਾਂ ਇੱਕ ਦੋਸ਼ੀ ਲਲਿਤ ਕੁਮਾਰ, ਜਿਹੜਾ ਕਿ ਬਿਲਗਾ ਜਲੰਧਰ ਦੇ ਰਹਿਣ ਵਾਲਾ ਹੈ, ਨੂੰ ਲਾਡੋਵਾਲੀ ਰੋਡ ਤੋਂ ਗ੍ਰਿਫਤਾਰ ਕਾਬੂ ਕੀਤਾ ਅਤੇ ਉਹਦੇ ਕਬਜ਼ੇ ਦੇ ਵਿੱਚੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਚੋਰੀ ਦਾ ਮੋਬਾਈਲ ਫੋਨ ਬਰਾਮਦ ਕੀਤਾ। ਤੋ ਦੌਰਾਨੇ ਪੁੱਛਗਿੱਛ ਜਿਹੜਾ ਲਲਿਤ ਕੁਮਾਰ ਆ, ਉਹਨੇ ਇੱਕ ਹੋਰ ਨਾਮ ਲਿਆ ਕਿ ਜਿਹੜਾ ਉਹਦਾ ਸਾਥੀ ਸੀਗਾ ਉਹਦੇ ਵਾਲੀਆ, ਜੋ ਇਸ ਟੀਮ ਵੱਲੋਂ ਮਿਹਨਤ ਨਾਲ ਕੰਮ ਕਰਦੇ ਹੋਏ ਉਹਦੇ ਵਾਲੀਆਂ ਨੂੰ ਵੀ ਅੱਜ ਅਰਲੀ ਮਾਰਨਿੰਗ ਜਿਹੜਾ ਹੈਗਾ ਸੀ ਗ੍ਰਿਫਤਾਰ ਕੀਤਾ। ਤੋ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਹੁਣ ਤੱਕ ਜਿਹੜੀ ਹੈਗੀ ਆ ਬਾਰਾਦਰੀ ਦੀ ਪੁਲਿਸ ਵੱਲੋਂ ਕੁੱਲ 5 ਮੋਟਰਸਾਈਕਲ ਹੈਗੇ ਨੇ, ਜਿਹੜੇ ਮਾਰਕਾ ਹਾਂਡਾ ਹੀਰੋ ਹਾਂਡਾ ਉਹ ਬਰਾਮਦ ਕੀਤੇ ਆ। ਤੋ ਦੋਨੇ ਦੋਸ਼ੀਆਂ ਨੂੰ ਜਿਹੜਾ ਹੈਗਾ ਅਸੀਂ ਮੁਕੱਦਮਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈਗਾ। ਤੋ ਫਿਲਹਾਲ ਜਿਹੜੀ ਪੁੱਛਗਿੱਛ ਉਹਨਾਂ ਦੀ ਜਾਰੀ ਹੈ। ਸਰ, ਇਹਨਾਂ ਦੇ ਪਹਿਲੇ ਵੀ ਕੋਈ ਮਾਮਲੇ ਦਰਜ ਨੇ ਸਰ? ਇਹਨਾਂ ਦਾ ਜਿਹੜਾ ਪਹਿਲਾ ਕ੍ਰਿਮੀਨਲ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਅਤੇ ਫਿਲਹਾਲ ਅਜੇ ਇਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਅਤੇ ਜੋ ਵੀ ਫਿਰ ਆਊਗਾ ਫਿਰ ਤੁਹਾਡਾ ਨਸ਼ੇ ਕਰ ਇਹ ਸਰ ਨਸ਼ੇ ਵਗੈਰਾ ਦੇ ਵੀ ਆਦੀ ਨੇ ਬੰਦੇ? ਹੋ ਸਕਦਾ ਹੈ ਥੋੜ੍ਹਾ ਬਹੁਤਾ ਇਹ ਨਸ਼ਾ ਕਰਦੇ ਆ, ਨਸ਼ੇ ਦੀ ਪੂਰਤੀ ਵਾਸਤੇ ਇਹ ਚੋਰੀਆਂ ਕਰਦੇ ਆ। ਤੋ ਨਸ਼ੇ ਕਰਦੇ ਲੇਕਿਨ ਜ਼ਿਆਦਾ ਨਹੀਂ ਕਰਦੇ।